ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਰਾਮ ਮੰਦਿਰ ਦੇ ਵਿੱਚ ਚੋਰੀ ਹੋਈ ਹੈ, ਗੋਲਕ ਤੋੜ ਕੇ ਚੋਰ ਹਜ਼ਾਰਾਂ ਰੁਪਏ ਕੱਢ ਕੇ ਲੈ ਗਏ ਨੇ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਪਹਿਲਾਂ ਚੋਰਾਂ ਦੇ ਵੱਲੋਂ ਰਾਮ ਮੰਦਿਰ ਦਾ ਮੇਨ ਗੇਟ ਜਿੱਤੇ ਤਾਲਾ ਲੱਗਿਆ ਹੋਇਆ ਸੀ, ਪਹਿਲਾਂ ਤਾਲਾ ਵੱਢਿਆ ਜਾਂਦਾ ਹੈ, ਜਿਸ ਤੋਂ ਬਾਅਦ ਉਹ ਮੇਨ ਗੇਟ ਦੇ ਰਾਹੀਂ ਅੰਦਰ ਦਾਖਲ ਹੁੰਦੇ ਨੇ ਤੇ ਵੱਖ ਵੱਖ ਗੋਲਕਾਂ ਦੇ ਵਿੱਚੋਂ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਜਿਹੜੇ ਕਿ ਭੇਟ ਚੜਾਏ ਗਏ ਸਨ ਉਹ ਚੋਰੀ ਕਰਕੇ ਲੈ ਗਏ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮੋਗਾ ਦੀਆਂ, ਜਿੱਥੇ ਰਾਮ ਮੰਦਿਰ ਦੇ ਅੰਦਰ ਚੋਰੀ ਹੋਈ ਹੈ। ਚੋਰਾਂ ਦਾ ਆਤੰਕ ਨਹੀਂ ਰੁਕ ਰਿਹਾ, ਲਗਾਤਾਰ ਚੋਰ ਕਦੇ ਮੰਦਿਰਾਂ 'ਚ ਕਦੇ ਕਿਸੇ ਦੇ ਘਰਾਂ ਦੇ ਵਿੱਚ ਚੋਰੀ ਕਰਦੇ ਹੋਏ ਨਜ਼ਰ ਆਉਂਦੇ ਨੇ। ਤਾਂ ਹੁਣ ਇਹ ਮੋਗਾ ਸਥਿਤ ਸ਼੍ਰੀ ਰਾਮ ਮੰਦਿਰ ਦੇ ਅੰਦਰ ਚੋਰ ਦਾਖਲ ਹੁੰਦੇ ਨੇ ਅਤੇ ਗੋਲਕ ਤੋੜ ਕੇ 50,000 ਰੁਪਏ ਦੀ ਨਕਦੀ ਲੈ ਗਏ ਨੇ। ਦੱਸ ਦਈਏ ਕਿ ਜਦ ਤੜਕ ਸਾਰ ਰਾਮ ਮੰਦਿਰ ਦੇ ਰਹਿਣ ਬਸੇਰੇ ਦੇ ਵਿੱਚ ਰਹਿੰਦੀ ਇੱਕ ਮਹਿਲਾ ਨੇ ਮੰਦਿਰ ਦੇ ਕਪਾਟ ਖੋਲ੍ਹੇ ਤਾਂ ਉਹ ਹੈਰਾਨ ਰਹਿ ਗਈ, ਕਿਉਂਕਿ ਗੋਲਕਾਂ ਜਿਹੜੀਆਂ ਕਿ 2 ਗੋਲਕਾਂ ਮੰਦਿਰ ਦੇ ਅੰਦਰ ਸੀ ਦੋਨੇ ਟੁੱਟੀਆਂ ਹੋਈਆਂ ਸੀ ਤੇ ਉਸ ਦੇ ਵਿੱਚੋਂ 50 ਤੋਂ 60,000 ਰੁਪਏ ਦੀ ਨਕਦੀ ਗਾਇਬ ਸੀ। ਤਾਂ ਦੱਸ ਦਈਏ ਕਿ ਮੌਕੇ ਤੇ ਸੁਖਵਿੰਦਰ ਸਿੰਘ ਪਹੁੰਚੇ ਨੇ ਜੋ ਕਿ ਮੰਦਿਰ ਦੇ ਪ੍ਰਧਾਨ ਦੱਸੇ ਜਾ ਰਹੇ ਨੇ। ਉਹ ਰਸੀਦ ਬੁੱਕ ਲੈ ਕੇ ਆਏ, ਉਹਨਾਂ ਨੇ ਦਿਖਾਇਆ, ਸੀਸੀਟੀਵੀ ਤਸਵੀਰਾਂ ਦਿਖਾਈਆਂ, ਸਾਫ ਜ਼ਾਹਿਰ ਹੋ ਰਿਹਾ ਇਹ ਦਿਖ ਰਿਹਾ ਹੈ ਕਿ ਚੋਰ ਅੰਦਰ ਦਾਖਲ ਹੋ ਕੇ ਗੋਲਕ ਤੋੜ ਰਹੇ ਨੇ, ਗੋਲਕ ਦੇ ਵਿੱਚੋਂ ਹਜ਼ਾਰਾਂ ਰੁਪਏ ਚੁਰਾ ਰਹੇ ਨੇ। ਆਓ ਮੌਕੇ ਤੇ ਜਿਹੜੇ ਸ਼ਖਸ ਉੱਥੇ ਮੌਜੂਦ ਨੇ ਜਾਣਦੇ ਆ ਕਿ ਆਖਿਰਕਾਰ ਗੋਲਕ ਦੇ ਵਿੱਚੋਂ ਕਿੰਨਾ ਕੁ ਕੈਸ਼ ਚੋਰੀ ਹੋਇਆ ਹੈ ਅਤੇ ਕਿਹੜੀ ਥਾਂ ਤੋਂ ਇਹ ਚੋਰ ਮੰਦਿਰ ਦੇ ਅੰਦਰ ਦਾਖਲ ਹੋਏ। ਪਿਛਲੇ ਕਾਫੀ ਲੰਮੇ ਸਮੇਂ ਤੋਂ ਮੋਗੇ ਦੇ ਵਿੱਚ ਚੋਰਾਂ ਨੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਰਾਤ ਸਾਡੇ ਵੀ ਮੰਦਿਰ ਦੇ ਵਿੱਚ ਚੋਰੀ ਹੋਈ ਹੈ, ਕਿਉਂਕਿ 16 ਤਰੀਕ ਤੋਂ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਹੈ, ਸੰਗਤ ਕਾਫੀ ਆ ਰਹੀ ਹੈ ਔਰ ਦਾਨ ਰਾਸ਼ੀ ਵੀ ਗੱਲਿਆਂ ਦੇ ਵਿੱਚ ਕਾਫੀ ਹੈ। ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ, ਪਹਿਲਾਂ ਵੀ ਬਹੁਤ ਸਾਰੇ ਮੰਦਿਰਾਂ ਦੇ ਵਿੱਚ ਚੋਰੀਆਂ ਹੋਈਆਂ। ਆਚਾਰੀਆ ਨੰਦ ਲਾਲ ਜੀ ਨੇ ਇੱਕ ਚੋਰ ਫੜਾ ਵੀ ਦਿੱਤੇ ਸਨ, ਜੋ ਮਾਤਾ ਬਗਲਾ ਮੁਖੀ ਮੰਦਿਰ ਯੱਗਸ਼ਾਲਾ ਦੇ ਵਿੱਚ ਚੋਰੀ। ਇਹ ਜਿਹੜੇ ਸਾਡੇ ਗੱਲੇ ਮੇਨ ਤੋੜੇ ਗਏ ਜੀ, ਉਹ 2 ਹੈ, ਇੱਕ ਪ੍ਰਭੂ ਸ਼੍ਰੀ ਰਾਮ ਜੀ ਦਾ ਔਰ ਮਹਾਮਾਈ ਜੀ ਦਾ। ਇਹਦੇ ਵਿੱਚ ਤਕਰੀਬਨ 50 ਤੋਂ 60,000 ਰੁਪਈਆ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹੜੇ ਲੋਕ ਸਾਨੂੰ ਕੋਈ ਸਹਾਇਤਾ ਰਾਸ਼ੀ ਵੀ ਦੇਣਾ ਚਾਹੁੰਦੇ ਸੀ ਉਹ ਅਸੀਂ ਗੱਲੇ ਜੀ ਪਵਾ ਰਹੇ ਸੀ ਵੀ ਗੱਲੇ ਦੇ ਵਿੱਚ ਪਾ ਦੇ। ਦੇਖੋ ਗੱਲ ਇਹ ਹੈ ਜੀ, ਪੁਲਿਸ ਦਾਅਵੇ ਕਰ ਰਹੀ ਹੈ, ਲੇਕਿਨ ਜਿਹੜੀ ਰਾਤ ਦੀ ਗਸ਼ਤ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਦੇਖੋ DC ਕੰਪਲੈਕਸ ਦੇ ਵਿੱਚ ਜਿਹੜੇ ਅਰਜੀ ਨਵੀਸ ਨੇ, ਉੱਥੋਂ ਕੱਲ੍ਹ 12 AC ਚੋਰੀ ਹੋ ਗਏ, ਹੋਰ ਦਸਤਾਵੇਜ਼ ਚੋਰੀ ਹੋ ਗਏ। ਮੇਨ ਬਾਜ਼ਾਰ ਦੇ ਵਿੱਚ 5-6 ਦੁਕਾਨਦਾਰਾਂ 'ਤੇ ਚੋਰੀ ਹੋਈ ਔਰ ਇੱਕ MC ਸਾਹਿਬਾਨ ਨੇ ਸਾਹਿਲ ਅਰੋੜਾ ਉਹਨਾਂ ਦੇ ਦਫ਼ਤਰ 'ਚ ਵੀ ਚੋਰੀ ਹੋਈ। ਯਾਨੀ ਚੋਰ ਹਜੇ ਤੀਕਰ ਪਿਛਲੀਆਂ ਚੋਰੀਆਂ ਵਾਲੇ ਵੀ ਫੜੇ ਨਹੀਂ ਗਏ। ਇਹ ਆਚਾਰੀਆ ਨੰਦ ਲਾਲ ਜੀ ਨੇ ਆਪਦੀ ਮਿਹਨਤ ਦੇ ਨਾਲ ਜਿਨ੍ਹਾਂ ਨੇ ਇਹਨਾਂ ਦੇ ਮੰਦਿਰ ਚੋਰੀ ਕੀਤੀ ਸੀ ਉਹ ਫੜੇ ਸਨ। 3 ਦਿਨ ਸੇ ਸਮਾਗਮ ਚਲਤਾ ਪਿਆ ਮੰਦਿਰ 'ਚ, ਕਥਾ ਚਲਦੀ ਪਈ ਇੱਥੇ ਰਾਮ ਮੰਦਿਰ 'ਚ, ਰਾਮ ਕਥਾ ਚਲਦੀ ਪਈ, 22 ਤਾਰੀਖ ਨੂੰ ਖਤਮ ਹੋ ਗਈ। ਇੱਥੇ ਅੰਦਾਜ਼ਾ ਤਾਂ ਕੁਛ ਹੈ ਨਹੀਂ ਫਿਲਹਾਲ, 50 ਸੇ 60 ਹਜ਼ਾਰ ਕੇ ਕਰੀਬ ਕਰੀਬ ਬਤਾਉਂਦੇ ਪਏ ਹੈ। ਕਿੰਨੇ ਗੱਲੇ ਜਿਹੜੇ ਤੋੜੇ ਗਏ? 2 ਗੱਲੇ ਤੋੜੇ ਗਏ ਜੀ। ਆਪਾਂ ਸੁਬਹ ਜਬ 4 ਵਜੇ ਮੰਦਿਰ ਖੋਲ੍ਹਣੇ ਆਏ ਤਾਂ ਤਾਲਾ ਕੱਟਿਆ ਪਿਆ ਸੀ ਬਾਹਰ, ਆਪਾਂ ਸੂਚਨਾ ਪ੍ਰਧਾਨ ਜੀ ਨੂੰ ਦਿੱਤਾ ਸੀ, ਤਾਲਾ ਕੱਟਾ ਪੜਾ ਸੀ, ਤਾਲਾ ਕੱਟਾ ਪੜਾ ਮਿਲਾ, ਇੱਥੇ ਗੱਲਾ ਸਾਰਾ ਕੱਟਾ ਪਿਆ, ਤੁਹਾਨੂੰ ਦਿਖਦਾ ਪਿਆ।